ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਮਠੌਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਉਸ ਦੇ ਨਾਲ ਲੱਗਦੇ ਮਿਡਲ ਸਕੂਲ ਨੂੰ ਇਕੱਠੇ ਨਿਸ਼ਾਨਾ ਬਣਾਇਆ ਗਿਆ ਅਤੇ ਸਕੂਲ ਵਿੱਚੋਂ LCD, 2 ਗੈਸ ਸਿਲੰਡਰ, ਭਾਂਡੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਸਟਾਫ ਨੇ ਦੱਸਿਆ ਕਿ ਚੋਰਾਂ ਨੇ ਮਿਡ ਡੇ ਮੀਲ ਦਾ ਰਾਸ਼ਨ ਅਤੇ ਤੇਲ ਤੱਕ ਨਹੀਂ ਛੱਡਿਆ, ਜਦਕਿ ਬੱਚਿਆਂ ਨੂੰ ਪੜ੍ਹਾਉਣ ਦੇ ਕੰਮ ਆਉਣ ਵਾਲਾ ਸਾਊਂਡ ਸਿਸਟਮ ਵੀ ਚੋਰ ਲੈ ਗਏ। ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡ ਟੀਚਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7:15 ਜਦੋਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਆਏ ਤਾਂ ਵੇਖਿਆ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਸਨ। ਉਹਨਾਂ ਦੱਸਿਆ ਕਿ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਪਤਾ ਲੱਗ ਗਿਆ ਕਿ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਸੀਂ ਸਰਕਾਰੀ ਸਕੂਲ ਸਰਕਾਰੀ ਮਿਡਲ ਸਕੂਲ ਮਠੌਲਾ ਜ਼ਿਲ੍ਹਾ ਗੁਰਦਾਸਪੁਰ ਅਸੀਂ ਸਵੇਰੇ ਜਦੋਂ ਸਕੂਲ ਦੇ ਵਿੱਚ 7:15 ਪਹੁੰਚੇ ਤਾਂ ਸਕੂਲ ਦੇ ਵਿੱਚ ਸਾਨੂੰ ਜਿਹੜੇ ਰੂਮ ਦੇ ਲੋਕ ਆ ਪੁੱਟੇ ਮਿਲੇ, ਚੋਰੀ ਹੋਈ ਹੈਗੀ ਅਤੇ ਚੋਰੀ ਦੇ ਵਿੱਚ ਜੋ ਸਾਡਾ ਸਕੂਲ ਦਾ ਸਮਾਨ ਚੋਰੀ ਹੋਇਆ ਉਹਦੇ ਵਿੱਚੋਂ 1-2 ਸਿਲੰਡਰ, 1 ਕੜਾਹੀ ਅਤੇ 1 ਸਾਊਂਡ ਸਿਸਟਮ, ਗੈਸੀ ਚੁੱਲ੍ਹਾ, ਇਸ ਤੋਂ ਇਲਾਵਾ ਬਹੁਤ ਸਾਰੇ ਬਰਤਨ ਜਿਹੜੇ ਸਕੂਲ ਦੇ ਵਿੱਚੋਂ ਚੋਰੀ ਹੋਏ ਨੇਗੇ ਅਤੇ ਅਸੀਂ ਸਕੂਲ ਸਟਾਫ ਵੱਲੋਂ ਅਤੇ ਅੱਜ ਸਰਪੰਚ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਚੋਰਾਂ ਨੂੰ ਨੱਥ ਪਾਉਣ ਦੇ ਲਈ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਸਕੂਲ ਦੇ ਵਿੱਚ ਪਹਿਲਾਂ ਵੀ 2-3 ਵਾਰ ਚੋਰੀ ਹੋ ਚੁੱਕੀ ਹੈ ਅਤੇ ਹੁਣ ਵੀ ਪਹਿਲਾਂ ਚਲੋ 1-2 ਵਾਰੀ ਸਿਲੰਡਰ ਚੋਰੀ ਹੋਇਆ, ਉਹ ਅਸੀਂ ਆਪਣੇ ਪੱਧਰ 'ਤੇ ਉਹਨੂੰ ਸਕੂਲ ਲੈਵਲ 'ਤੇ ਪੂਰਾ ਕਰ ਲਿਆ ਗਿਆ, ਪਰ ਹੁਣ ਅੱਜ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ ਵਿੱਚ ਜਿਹੜਾ ਕਿ ਜੁਆਇੰਟ ਆ ਉਹਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ। ਪ੍ਰਾਇਮਰੀ ਵਾਲਿਆਂ ਦਾ ਜ਼ਿਆਦਾ ਨੁਕਸਾਨ ਹੋਇਆ ਅਤੇ ਮਿਡਲ ਵਾਲਿਆਂ ਦਾ ਵੀ ਬਹੁਤ ਨੁਕਸਾਨ ਹੋਇਆ। ਅਸੀਂ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਨੱਥ ਪਾਈ ਜਾਵੇ।